ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕੋਵਿਡ-19 ਹੈ ਪੈਂਡੇਮਿਕ, ਇਹ ਦੁਬਾਰਾ ਸੈਕਿੰਡ ਸਰਜ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੇ ਨੰਬਰਸ, ਟੈਸਟਿੰਗ ਵੀ ਵਧਾਈ ਹੈ, ਔਰ ਆਪਣਾ ਸਾਰਿਆਂ ਦਾ, ਚਾਹੇ ਆਪਾਂ ਜਲੰਧਰ 'ਚ ਰਹਿੰਦੇ ਹੋਈਏ, ਪੰਜਾਬ 'ਚ ਰਹਿੰਦੇ ਹੋਈਏ, ਇੰਡੀਆ 'ਚ ਰਹਿੰਦੇ ਹੋਈਏ ਜਾਂ ਵਰਲਡ 'ਚ ਰਹਿੰਦੇ ਹੋਈਏ, ਸਭ ਦਾ ਫਰਜ਼ ਹੈ ਕਿ ਆਪਣੀ ਸੋਸ਼ਲ ਰਿਸਪੋਂਸੀਬਿਲਟੀ ਆਪਾਂ ਨਿਭਾਈਏ। ਸੋਸ਼ਲ ਰਿਸਪੋਂਸੀਬਿਲਟੀ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਕਿ ਜੋ ਮੈਡੀਕਲ ਐਕਸਪਰਟਸ ਨੇ ਗੌਰਮੈਂਟ ਦੇ ਰਾਹੀਂ ਪ੍ਰੋਟੋਕੋਲ ਬਣਾਏ ਹੈ ਸਿਹਤ ਵਾਸਤੇ, ਜਿਵੇਂ ਕਿ ਮਾਸਕ ਪਾਉਣਾ, ਹੱਥ ਧੋਣੇ, ਡਿਸਟੈਂਸ ਰੱਖਣਾ, ਹੁਣ ਵੈਕਸੀਨੇਸ਼ਨ ਆਇਆ ਉਹ ਜਿਹੜੇ ਜਿਹੜੇ ਕੈਟਾਗਰੀਜ਼ ਅਲਾਊਡ ਨੇ ਉਹ ਲਵਾਉਣਾ, ਸੋ ਇਹ ਸਾਰੀਆਂ ਚੀਜ਼ਾਂ ਪ੍ਰੀਵੈਂਸ਼ਨ ਵਾਸਤੇ ਹੁੰਦੀਆਂ। ਔਰ ਸੂਝਵਾਨ ਨਾਗਰਿਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਆ ਵੀ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਫੋਲੋ ਕਰੀਏ। ਜਲੰਧਰ ਦੇ ਲੋਕ ਮੈਂ ਮੁਬਾਰਕਬਾਦ ਦਿੰਦਾ ਕਿ ਹਮੇਸ਼ਾ ਹੀ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਦੇ ਨਾਲ ਖੜ੍ਹੇ ਨੇ, ਔਰ ਪਿਛਲੀ ਫੇਜ਼ ਵੇਲੇ ਵੀ ਸਾਰਾ ਜਿਹੜਾ ਸੁਸਾਇਟੀ ਹੈ ਸਾਡੀ, ਸਾਡਾ ਸਾਰਾ ਸਮਾਜ ਹੈ, ਸਾਡਾ ਸਾਰਾ ਸ਼ਹਿਰ ਹੈ, ਉਹਨਾਂ ਨੇ ਬਹੁਤ ਸਾਥ ਦਿੱਤਾ। ਕੁਛ ਪਰਸੈਂਟੇਜ ਹੁੰਦੇ ਵਾਇਲੇਟਰਸ ਜਾਂ ਜਿਹੜੇ ਵਾਰ ਵਾਰ ਰੂਲ ਤੋੜ ਕੇ ਖੁਸ਼ ਹੁੰਦੇ, ਉਹਨਾਂ ਵਾਸਤੇ ਸਖਤੀ ਕਰਨੀ ਜ਼ਰੂਰੀ ਹੈ, ਔਰ ਅਸੀਂ ਕਰ ਰਹੇ ਹਾਂ। ਕੁਛ FIRਾਂ ਵੀ ਅਸੀਂ ਦਰਜ ਕੀਤੀਆਂ ਜਿਹੜੇ ਸੋਸ਼ਲ ਡਿਸਟੈਂਸਿੰਗ ਨੂੰ ਭੰਗ ਕੀਤਾ, ਔਰ ਜਿੱਥੇ ਵੀ ਇਹਨਾਂ ਨੇ ਹੈਲਥ ਪ੍ਰੋਟੋਕੋਲ ਦੀ ਵਾਇਲੇਸ਼ਨ ਕੀਤੀ ਐਪੀਡੈਮਿਕ ਐਕਟ ਦੇ ਅਧੀਨ। ਹੁਣ ਜਿਹੜਾ ਨਵਾਂ ਗੱਲ ਦੇਖੀ ਗਈ ਕਿ ਮਾਸਕ ਦੇ ਚਲਾਉਣ ਤੋਂ ਬਾਅਦ ਵੀ ਲੋਕ ਜਿਹੜੇ ਉਹ ਇੱਕ ਤਰ੍ਹਾਂ ਆਪਣਾ ਬੜਾ ਢੀਠ ਜਿਹਾ ਰਵੱਈਆ ਅਪਣਾ ਲੈਂਦੇ ਨੇ, ਜਿਨ੍ਹਾਂ ਨਾਲ ਉਹਨਾਂ ਨੂੰ ਆਪਣੇ ਵਾਸਤੇ, ਉਹਨਾਂ ਦੇ ਪਰਿਵਾਰਾਂ ਵਾਸਤੇ, ਬਾਕੀ ਸਮਾਜ ਵਾਸਤੇ, ਉਹਨਾਂ ਨੂੰ ਮਿਲਣ ਜੋੜਨ ਵਾਲੇ ਲੋਕਾਂ ਵਾਸਤੇ ਖਤਰਾ ਪੈਦਾ ਹੁੰਦਾ। ਸੋ ਉਹਦੇ 'ਚ ਮਾਨਯੋਗ CM ਸਾਹਿਬ ਵੱਲੋਂ ਅਤੇ ਸਾਡੇ DGP ਸਾਹਿਬ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕੱਲ੍ਹ, ਅਤੇ ਜਿਹੜਾ ਬੰਦਾ ਮਾਸਕ ਨਹੀਂ ਪਾ ਕੇ ਘੁੰਮ ਰਿਹਾ ਉਹਦਾ ਟੈਸਟ ਵੀ ਹੋਏ ਕੀਤਾ ਜਾਵੇ, ਕਿਉਂਕਿ ਮੋਬਾਈਲ ਟੀਮਸ ਆਲਰੇਡੀ ਕੰਮ ਕਰ ਰਹੀਆਂ ਫੀਲਡ ਦੇ ਵਿੱਚ। ਸੋ ਉਹਦੇ 'ਚ ਜਲੰਧਰ ਸ਼ਹਿਰ ਦੇ ਵਿੱਚ ਅੱਜ ਕਮਿਸ਼ਨਰੇਟ ਦੇ ਏਰੀਏ ਦੇ ਵਿੱਚ ਅਸੀਂ ਵੱਖ ਵੱਖ ਥਾਵਾਂ ਦੇ ਉੱਤੇ ਨਾਕੇ ਲਗਾ ਕੇ ਜਿਹੜੇ ਵਿਦਾਊਟ ਮਾਸਕ ਲੋਕ ਸੀਗੇ ਉਹਨਾਂ ਨੂੰ ਚੈੱਕ ਕੀਤਾ, ਔਰ 379 ਲੋਕਾਂ ਦੇ RT-PCR ਟੈਸਟ ਕੀਤੇ ਗਏ ਮੌਕੇ 'ਤੇ। ਉਹਦੇ ਨਾਲ ਬੜਾ ਅੱਛਾ ਮੈਸੇਜ ਗਿਆ, ਲੋਕਾਂ ਦੇ ਵਿੱਚ ਵਿਜੀਬਲ ਇੰਪੈਕਟ ਵੀ ਗਿਆ, ਔਰ ਇਹ ਗੱਲ ਵੀ ਸਮਝ ਆਈ ਹੈ ਕਿ ਮਾਸਕ ਪਾਉਣਾ ਈਜ਼ੀ ਹੈ, ਔਰ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਅਸੀਂ ਮਾਸਕ ਨਹੀਂ ਪਾਉਂਦੇ ਤਾਂ ਸਾਡਾ RT-PCR ਟੈਸਟ ਉੱਥੇ ਮੌਕੇ 'ਤੇ ਕੀਤਾ ਜਾਏਗਾ, ਜਿਹਦੇ ਨਾਲ ਕਿ ਇਨਫੋਰਸਮੈਂਟ ਹੋਰ ਬੈਟਰ ਹੋਏਗੀ। ਰਾਤ ਦਾ ਕਰਫਿਊ ਵੀ ਸਾਰਾ ਪਬਲਿਕ ਇੰਟਰਸਟ 'ਚ ਲਾਇਆ ਗਿਆ। ਸੋ ਮੇਰੀ ਸਾਰਿਆਂ ਨੂੰ, ਜਲੰਧਰ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਆਪਣੇ ਵਾਸਤੇ, ਆਪਣੇ ਸਮਾਜ ਦੀ ਔਰ ਆਪਣੇ ਪਰਿਵਾਰਾਂ ਦੀ ਸੁਰੱਖਿਆ ਵਾਸਤੇ ਆਪਾਂ ਜਿਹੜੇ ਹੈਲਥ ਦੇ ਪ੍ਰੋਟੋਕੋਲਸ ਨੇ ਉਹ ਫੋਲੋ ਕਰੀਏ, ਮਾਸਕ ਪਾ ਕੇ ਰੱਖੀਏ, ਹੱਥ ਧੋ ਕੇ ਰੱਖੀਏ, ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖੀਏ, ਤਾਂ ਕਿ ਅਸੀਂ ਇਸ ਜਿਹੜੀ ਬਿਮਾਰੀ ਹੈ ਜੋ ਕਿ ਇੱਕ ਤਰ੍ਹਾਂ ਦਾ ਦੁਸ਼ਮਣ ਹੈ ਜਿਹੜਾ ਲੁਕਿਆ ਹੋਇਆ, ਉਹਦੇ ਨਾਲ ਅਸੀਂ ਲੜਾਈ ਜਿੱਤ ਸਕੀਏ, ਜੋ ਆਪਾਂ ਪਹਿਲਾਂ ਵੀ ਜਿੱਤੀ ਹੈ ਹੁਣ ਵੀ ਜਿੱਤਾਂਗੇ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੈਂ ਸਾਰੇ ਜਿਹੜੇ ਲੋਅ ਅਬਾਈਡਿੰਗ ਸਿਟੀਜ਼ਨ ਦੇ ਉਹਨਾਂ ਨੂੰ ਵਿਸ਼ਵਾਸ ਦਵਾਉਂਦਾ ਕਿ ਅਸੀਂ ਪੂਰੀ ਇਸ 'ਤੇ ਸਖਤੀ ਰੱਖਾਂਗੇ, ਔਰ ਜਿੱਥੇ ਵੀ ਕੋਈ ਵਾਇਲੇਸ਼ਨ ਸਾਡੇ ਧਿਆਨ 'ਚ ਆਉਂਦੀ ਹੈ ਤਾਂ ਸਖਤ ਐਕਸ਼ਨ ਲਿਆ ਜਾਊਗਾ। ਰਾਤ ਦਾ ਕਰਫਿਊ ਵਾਸਤੇ ਵੀ ਮੈਂ ਜਿਹੜੇ ਅਸੈਂਸ਼ਲ ਕਮੋਡਿਟੀਜ਼ ਨੇ ਜਾਂ ਇੰਡਸਟਰੀ ਨੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ, ਤਾਂ ਉਹਦੇ 'ਚ ਜਾਂ ਐਮਰਜੈਂਸੀਜ਼ ਨੇ, ਮੈਡੀਕਲ ਸਟਾਫ ਹੈ ਉਹਦੇ ਬਾਰੇ ਅਸੀਂ ਮੁਨਾਸਿਬ ਹਦਾਇਤਾਂ ਪੁਲਿਸ ਨੂੰ ਮੈਂ ਦੇ ਦਿੱਤੀਆਂ, ਥੱਲੇ ਲੈਵਲ ਤੱਕ ਕੋਈ ਦਿੱਕਤ ਨਹੀਂ ਆਏਗੀ। ਬਟ ਅਨਨੈਸੈਸਰੀ ਜਿਹੜੇ ਫਿਰਨ ਵਾਲੇ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ। ਫਿਰ ਬਾਅਦ 'ਚ ਪੇਰੈਂਟਸ ਵੀ ਆ ਜਾਂਦੇ ਵੀ ਬੱਚੇ ਦੇਖੋ ਜੀ ਇੱਦਾਂ ਹੋ ਗਿਆ ਉਹ ਹੋ ਗਿਆ, ਸੋ ਪਹਿਲਾਂ ਹੀ ਆਪਾਂ ਉਹਨਾਂ ਨੂੰ ਡਿਸਿਪਲਿਨ 'ਚ ਰੱਖੀਏ, ਔਰ ਕੋਈ ਕਿਸੇ ਨੂੰ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਏਗੀ।